ਆਟੋ ਤੇ ਕੈਬ ਇਹਨਾਂ ਦੇ ਜਿਹੜੀ ਯੂਨੀਅਨਾਂ ਨੇ ਗਿਆ ਵੱਡਾ ਇਕੱਠ ਅੱਜ ਰੱਖਿਆ ਤੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਇਸ ਕਰਕੇ ਕਰ ਰਹੇ ਨੇ ਕਿ ਜਿਹੜੀ ਬਾਈਕ ਟੈਕਸੀਆਂ ਨੇ ਗਿਆ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਹੋ ਰਿਹਾ ਵੀ ਮੋਟਰਸਾਈਕਲ ਬੰਦ ਹੋਣਾ ਚਾਹੀਦਾ, ਪਰ ਚੰਡੀਗੜ੍ਹ ਕਈ ਸਾਲਾਂ ਦੇ ਵਿੱਚ ਇੱਕ ਮੋਟਰਸਾਈਕਲ ਯੈਲੋ ਨੰਬਰ ਹੈਗਾ ਜੀ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਵਾਈਟ ਪਲੇਟ ਦੇ ਉੱਤੇ ਲਾਇਸੈਂਸ ਲਾ ਦਿਓ, ਚਿੱਟੀ ਪਲੇਟ ਕਰਾਓ, ਔਰ ਜਿਹੜੀ ਪਾਲਿਸੀ ਬਣੀ ਹੈ ਐਗਰੀਗੇਟਰ ਪਾਲਿਸੀ, ਐਗਰੀਗੇਟਰ ਪਾਲਿਸੀ ਅਲੱਗ ਹੈ, ਬਾਈਕ ਟੈਕਸੀ ਦੀ ਪਾਲਿਸੀ ਅਲੱਗ ਹੈ। ਉਹਨੂੰ ਸੁਪਰੀਮ ਕੋਰਟ 'ਚ ਚੈਲੇਂਜ ਕੀਤਾ ਹੈ, ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਨੇ, ਉਹ ਬੈਨ ਹੋ ਗਈ ਜੀ ਉੱਥੇ ਉੱਥੇ 25,000 ਦੇ ਚਲਾਨ ਹੋ ਰਹੇ ਅੱਜ ਵੀ, ਸਵੇਰੇ ਕੱਲ੍ਹ ਵੀ ਹੋਇਆ, ਪਰਸੋਂ ਵੀ ਬਾਈਕਾਂ ਦਾ, ਸੁਪਰੀਮ ਕੋਰਟ 'ਚੋਂ ਬੈਨ ਹੋ ਚੁੱਕੀ ਹੈ, ਉੱਥੇ ਬਾਈਕ ਟੈਕਸੀ ਅਲਾਊਡ ਹੀ ਨਹੀਂ ਹੈ। ਉੱਥੇ ਸਿਰਫ ਤੁਸੀਂ ਸਿਰਫ ਸਵੀਗੀ ਜਿਵੀ ਜਮੈਟੋ 'ਤੇ ਕੰਮ ਕਰ ਸਕਦੇ ਹੋ, ਉਹ ਵੀ ਪੀਲੀ ਪਲੇਟ ਲਵਾ ਕੇ ਸਵਾਰੀ ਨਹੀਂ ਚੱਕ ਸਕਦੇ ਐਪ ਤੋਂ, ਕਿਉਂਕਿ ਉਹ ਪਬਲਿਕ ਸੇਫ ਨਹੀਂ ਹੈ। ਜਿਹੜੀ ਟੂ ਵੀਲਰ ਕਮਰਸ਼ਲ ਹੈ ਉਹ ਰੈਪਿਡੋ, ਇਨਡਰਾਈਵਰ, ਓਲਾ, ਬਲਾਬਲਾ ਤੇ ਜਿੱਥੇ ਵੀ ਚੱਲ ਰਹੀ ਹੈ ਉੱਥੇ ਕਾਰਵਾਈ ਕੀਤੀ ਜਾਵੇ, ਕਿਉਂਕਿ ਕਮਰਸ਼ਲ ਪਲੇਟ ਤੇ ਵੀ ਸਵਾਰੀ ਨਹੀਂ ਚੱਕ ਸਕਦੇ ਤੁਸੀਂ ਐਪ ਤੋਂ। ਉਹ ਸਵੀਗੀ ਜਮੈਟੋ ਦਾ ਕੰਮ ਵੀ ਕਰ ਰਹੇ ਹੈ ਜੀ, ਉਹ ਸਵੇਰੇ 6 ਤੋਂ 10 ਜਦੋਂ ਸਾਡਾ ਕੰਮ ਹੁੰਦਾ ਉਦੋਂ ਸਵਾਰੀਆਂ ਵੀ ਢੋ ਰਹੇ ਹੈ, ਉਹ ਬਾਅਦ ਚ ਜੋਬ ਵੀ ਕਰ ਰਹੇ ਹੈ, ਉਹਨਾਂ ਕੋਲ 8-8 ਕੰਮ ਹੈ, ਸਾਡੇ ਕੋਲ ਇੱਕੋ ਹੀ ਕੰਮ ਹੈ, ਉਹ ਵੀ ਇਹ ਧੋਈ ਜਾ ਰਹੇ ਨੇ। ਤੁਸੀਂ ਚਲਾਨ ਦੇਖੋ ਜੀ, ਮੈਂ ਕਹਿੰਦਾ ਭਰ ਜਾਓਗੇ ਚੰਡੀਗੜ੍ਹ ਦੇ ਵਿੱਚ। ਅਸੀਂ ਦੇਖਦੇ ਹਾਂ ਵੀ ਕੈਬਾਂ ਤੇ ਆਟੋ ਬੇਹੱਦ ਜ਼ਿਆਦਾ ਚੱਲਦੇ ਆ, ਪਰ ਉਹਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਤੀਜਾ ਆ ਜਿਹੜਾ ਹੁਣ ਥੰਮ ਵਿੱਚ ਸ਼ਾਮਲ ਹੋਇਆ ਉਹ ਹੋਏਗਾ ਬਾਈਕ ਟੈਕਸੀ ਦਾ। ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਦਈਏ, ਇੱਕ ਪਾਸੇ ਵਾਟਰ ਕੈਨਨ ਖੜੇ ਨੇ, ਪੁਲਿਸ ਦੀ ਵੱਡੀ ਟੁਕੜੀਆਂ ਖੜੀਆਂ ਨੇ ਗੀਆਂ ਤੇ ਆਟੋ ਵਾਲੇ ਇਕੱਠੇ ਹੋਏ ਹੋਏ ਨੇ। ਮਾਹੌਲ ਇਸ ਤਰ੍ਹਾਂ ਦਾ ਜੇ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਨਹੀਂ ਕਿਸੇ ਨੂੰ ਜਾਣ ਦਿੱਤਾ ਜਾਊਗਾ, ਕਿਉਂਕਿ ਇਹਨਾਂ ਨੇ ਕਿਹਾ ਵੀ ਅਸੀਂ ਅੱਗੇ ਪ੍ਰਸ਼ਾਸਨ ਦੇ ਖਿਲਾਫ ਪ੍ਰੋਟੈਸਟ ਕਰਨਾ ਗਾ। ਸਾਹਮਣੇ ਆਟੋ ਤੇ ਕੈਬ ਇਹਨਾਂ ਦੇ ਜਿਹੜੀ ਯੂਨੀਅਨਾਂ ਨੇ ਗਿਆ ਵੱਡਾ ਇਕੱਠ ਅੱਜ ਰੱਖਿਆ ਤੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਇਸ ਕਰਕੇ ਕਰ ਰਹੇ ਨੇ ਕਿ ਜਿਹੜੀ ਬਾਈਕ ਟੈਕਸੀਆਂ ਨੇ ਗੀਆਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਇਹ ਤਸਵੀਰਾਂ ਨੇ ਚੰਡੀਗੜ੍ਹ ਦੇ ਸੈਕਟਰ 17 ਦੀਆਂ ਜਿੱਥੇ ਵੱਡੇ ਤੌਰ ਤੇ ਅੱਜ ਇਕੱਠ ਰੱਖਿਆ ਗਿਆ। ਪੁਲਿਸ ਨੇ ਵੀ ਹਾਲਾਂਕਿ ਬੈਰੀਕੇਡਿੰਗ ਦੋਨੇ ਪਾਸਿਓਂ ਕਰੀ ਹੈ ਤਾਂ ਕਿ ਅੱਗੇ ਨਾ ਲੋਕ ਜਾ ਸਕਣ, ਤੇ ਨਾਲ ਨਾਲ ਇਹਨਾਂ ਦਾ ਵੱਡੇ ਤੌਰ ਤੇ ਕਿਹਾ ਜਾ ਸਕਦਾ ਕਿ ਇਹ ਵੀ ਇੱਕ ਨਾਰਾ ਹੈਗਾ ਕਿ ਸਿਸਟਮ ਤੋਂ ਪਰੇ ਹੋ ਕੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇਗੀਆਂ। ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅੱਜ ਜਿੰਨੇ ਵੀ ਕੈਬ ਤੇ ਆਟੋ ਵਾਲੇ ਨੇਗੇ ਮੈਕਸੀਮਮ ਤੌਰ ਤੇ ਇਹਨਾਂ ਨੇ ਬੰਦ ਕਰਿਆ ਤਾਂ ਕਿ ਮੈਸੇਜ ਹੈ ਜਿਹੜਾ ਉਹ ਪ੍ਰਸ਼ਾਸਨ ਨੂੰ ਜਾ ਸਕੇ, ਤੇ ਇਸੇ ਮੈਸੇਜ ਨੂੰ ਦਿੰਦੇ ਹੋਏ ਕਹਿੰਦੇ ਅਸੀਂ ਵਿਰੋਧ ਕਰਨਾ ਅੱਜ ਪ੍ਰਸ਼ਾਸਨ ਦੀ ਉਹਨਾਂ ਪਾਲਿਸੀਜ਼ ਦਾ ਜਿਹਦੇ ਕਰਕੇ ਅੱਜ ਬਾਈਕ ਟੈਕਸੀਆਂ ਨੇ ਚੱਲ ਰਹੀਆਂ ਨੇਗੀਆਂ। ਹਾਲਾਂਕਿ ਬਾਈਕ ਟੈਕਸੀ ਵਾਲੇ ਆਪਣਾ ਆਪਣੀ ਗੱਲ ਰੱਖਦੇ ਨੇਗੇ, ਬਾਕੀ ਗੱਲਬਾਤ ਕਰਾਂਗੇ ਕਿ ਮੁੱਦੇ ਨੇ ਜਿਹੜੇ ਉਹ ਲੈ ਕੇ ਇਹ ਆਖਰ ਅੱਜ ਕੰਮ ਠੱਪ ਕਰੀ ਬੈਠੇ ਆ। ਅਨਿਲ, ਇਹ ਕੀ ਜਿਹੜੀ ਤੁਸੀਂ ਫੋਟੋ ਹੱਥ 'ਚ ਫੜੀ ਆ ਤੇ ਦੂਜੇ ਪਾਸੇ ਅੱਜ ਪ੍ਰੋਟੈਸਟ ਕਿਸ ਚੀਜ਼ ਨੂੰ ਲੈ ਕੇ ਆ, ਬਾਈਕ ਟੈਕਸੀ ਨੂੰ ਲੈ ਕੇ ਜਾਂ ਹੋਰ ਵੀ ਨਾਲ ਚੀਜ਼ਾਂ ਨੇਗੀਆਂ? ਪਹਿਲੀ ਗੱਲ ਤਾਂ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਯੂਪੀ ਨੰਬਰ ਮੈਂ ਆਟੋ ਦਿਖਾ ਰਿਹਾ, ਇੱਕ ਪਾਸੇ ਮੈਂ ਜਲੰਧਰ ਨੰਬਰ ਆਟੋ ਦਿਖਾ ਰਿਹਾ। ਇਹ 900-1300 ਕਿਲੋਮੀਟਰ ਚੱਲ ਕੇ ਚੰਡੀਗੜ੍ਹ ਦੇ ਵਿੱਚ ਆਉਂਦੇ ਨੇ ਤੇ ਆਟੋ ਚਲਾਉਂਦੇ ਨੇ, ਇਲੀਗਲ ਐਕਟੀਵਿਟੀ ਕਰਦੇ ਨੇ ਤੇ ਆਟੋ ਵਾਲੇ ਨੂੰ ਚੰਡੀਗੜ੍ਹ ਦੇ ਲੋਕਲ ਆਟੋ ਵਾਲੇ ਨੂੰ ਟਾਰਗੇਟ ਕੀਤਾ ਜਾਂਦਾ ਹੈ। ਸਾਰਿਆਂ ਦੇ ਹੱਥਾਂ ਦੇ ਤੁਸੀਂ ਅੱਜ ਫੋਟੋਆਂ ਦੇਖੋ, ਇੱਥੇ ਦਿਖਾਇਆ ਜਾਏਗਾ ਤੁਹਾਨੂੰ ਕਿ ਆਹ ਦੇਖੋ ਜੀ ਕਿੱਦਾਂ ਫੋਟੋ ਉੱਪਰ ਕਰ ਲਓ ਫੋਟੋ, ਇਹ ਫੋਟੋ ਤੁਸੀਂ ਇਹ ਫੋਟੋ ਦੇਖੋ ਜੀ, ਆਹ ਈ ਰਿਕਸ਼ਾ ਦੀ ਦੇਖੋ ਜਿਨ੍ਹਾਂ ਦੇ ਨੰਬਰ ਹੈ ਨੀ ਗੇ, ਈ ਰਿਕਸ਼ਾ ਦੇਖੋ ਜੀ, ਆਹ ਦੇਖੋ ਜੀ, ਮੈਂ ਖਾਸ ਕਰ ਗੱਲ ਕਰਾਂਗਾ ਆਹ ਕੈਮਰਾਮੈਨ ਜੀ ਜਰਾ ਇਹ ਵਾਲੀ ਫੋਟੋ ਬੜੇ ਚੰਗੀ ਤਰੀਕੇ ਨਾਲ ਦਿਖਾਓ ਵੀ ਆਹ ਫੋਟੋ ਦੇਖੋ ਜੀ, ਇਹਨੂੰ ਓਵਰਲੋਡ 'ਚ ਨਹੀਂ ਗਿਣਿਆ ਜਾਊਗਾ, ਸਾਡਾ ਆਟੋ ਵਾਲਾ ਕਿਤੇ ਸਵਾਰੀ ਬਿਠਾ ਲੇਗਾ। ਪਹਿਲੀ ਗੱਲ ਤਾਂ ਇਹ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਕਹਿੰਦੀ ਵੀ 3 ਸਵਾਰੀਆਂ ਬਿਠਾਓ, ਤੁਸੀਂ ਚੰਡੀਗੜ੍ਹ 'ਚ ਆਏ ਹੋ, ਹਸਬੈਂਡ ਵਾਈਫ ਹੋ, ਨਾਲ ਤੁਹਾਡੇ ਮਾਂ ਬਾਪ ਨੇ, ਹੁਣ ਮੈਨੂੰ ਦੱਸ ਦਿਓ ਮੈਂ 3 ਬੰਦੇ ਕਿਹੜੇ ਬਿਠਾਣੇ ਆ?
ਜਾਂ ਇੱਕ ਬੰਦਾ ਕਿਹੜਾ ਛੱਡਣਾ, ਇੱਕ ਬੰਦਾ ਕਿਹੜਾ ਲੈ ਕੇ ਜਾਣਾ, ਅਗਲਾ ਪੈਸੇ ਵੱਧ ਖਰਚ ਕਰੂਗਾ ਤੇ ਆਟੋ ਕਰੂਗਾ। ਬਿਲਕੁਲ ਬਿਲਕੁਲ, ਤਾਂ ਫਿਰ ਹੁਣ ਮੈਨੂੰ ਦੱਸ ਦੋ ਵੀ ਕਿਸ ਤਰ੍ਹਾਂ ਅਸੀਂ ਉਹਨੂੰ ਮੈਨੇਜ ਕਰਾਂਗੇ, ਹਸਬੈਂਡ ਵਾਈਫ ਆ ਗਏ ਨਾਲ, ਉਹਨਾਂ ਦੇ ਮਾਂ ਬਾਪ ਆ ਗਏ, ਚਾਹੇ ਉਹ ਨਾਢਾ ਸਾਹਿਬ ਗੁਰਦੁਆਰਾ ਮੱਥਾ ਟੇਕਣ ਜਾ ਰਹੇ ਹੋ, ਜਾਂ ਮਨਸਾ ਦੇਵੀ ਜਾ ਰਹੇ ਨੇ, ਜਾਂ ਚੰਡੀਗੜ੍ਹ ਕਿਤੇ ਲੇਕ ਰੋਕ ਗਾਰਡਨ ਐਲ ਐਨ ਟੀ ਮਾਲ ਘੁੰਮਣ ਜਾ ਰਹੇ ਨੇ, ਤਾਂ ਮੈਨੂੰ ਦੱਸ ਦੋ ਵੀ ਚਾਰ ਸਵਾਰੀਆਂ ਹੁਣ ਮੈਂ ਕਿਹੜੀਆਂ, ਤਿੰਨ ਸਵਾਰੀਆਂ ਕਿਹੜੀਆਂ ਬਿਠਾਵਾਂ, ਜਾਂ ਇੱਕ ਕਿਹੜੀ ਲਾਵਾਂ, ਕਿ ਤੁਸੀਂ ਇਸ ਗੱਲ ਨੂੰ ਐਕਸੈਪਟ ਕਰੋਗੇ ਕਿ ਮੈਂ ਜਾਂ ਨਾ ਤੇ ਮੰਮੀ ਨੂੰ ਉਸ ਆਟੋ 'ਚ ਬਿਠਾ ਦਿੰਦਾ ਜਾਂ ਵਾਈਫ ਨੂੰ ਉਸ 'ਚ ਬਿਠਾ ਦਿੰਦਾ। ਹੁਣ ਕੀ ਹੈ ਫਿਰ ਵੀ ਚਲਾਨ ਕੱਟ ਰਹੇ ਨੇ? 25,000 ਰੁਪਏ ਦਾ ਚਲਾਨ ਕੱਟ ਰਹੇ ਨੇ ਜਿਹੜਾ ਆਟੋ ਵਾਲਾ 20 ਰੁਪਏ ਦੀ ਸਵਾਰੀ ਚੱਕ ਰਿਹਾ, ਉਹਦਾ 25,000 ਰੁਪਏ ਦਾ ਤੁਸੀਂ ਦੱਸ ਦੋ। 25,000 ਦਾ? ਹਾਂਜੀ ਹਾਂਜੀ, 25,000 ਰੁਪਏ ਦਾ ਚਲਾਨ ਹੈਗਾ। ਕਿਸੇ ਦਾ ਜਾਂ ਵੈਸੀ ਅਜੇ ਗੱਲ ਹੈ? ਹਾਂਜੀ, ਚਲੋ ਜੀ, ਲਾਈਵ ਟਾਈਮ ਤਾਂ ਹੈ ਜੀ, ਦਿਖਾਰਾ ਆਪਣਾ ਆਪਣਾ ਚਲਾਨ ਨਿਕਾਲ ਕੇ ਜੀ। 10,500 ਰੁਪਏ। ਹਾਂਜੀ ਹਾਂਜੀ ਹਾਂਜੀ, ਉਹ ਚਲਾਨ ਚਿੱਟ ਹੈਗਾ ਜੀ। ਆ ਲੋ ਜੀ, ਉਹ ਚਲਾਨ ਆ ਗਿਆ ਜੀ। ਲੋ ਜੀ, ਉਹ ਚਲਾਨ ਹੈਗੇ ਜੀ। ਵੈਸੇ ਕੋਈ ਗੱਲ ਆਇਆ ਵੀ ਆਟੋ ਦਾ 25,000 ਦਾ ਚਲਾਨ ਆ, ਤੇ ਖੈਰ ਜੇ ਦੇਖੀਏ ਦਿਖੇਗਾ ਤੁਹਾਨੂੰ। ਹੈਲੋ ਜੀ, ਚੰਡੀਗੜ੍ਹ ਐਸਟੀ ਦਾ ਚਲਾਨ, ਇੱਕ ਹੋਰ ਚਲਾਨ, ਉਸ ਮੈਂ ਇੱਥੇ ਝੜੀ ਲੱਗ ਜਾਣੀ ਤੁਹਾਨੂੰ, ਇੱਥੇ 25,000 ਰੁਪਏ। ਆਰਾਮ ਨਾਲ ਪਲੀਜ਼ ਚਲਾਨ ਦੇਣਾ ਜੀ ਆਪਣਾ। ਲੋ ਜੀ ਚਲਾਨ, ਤੁਸੀਂ ਚਲਾਨ ਦੇਖੋ ਜੀ, ਮੈਂ ਕਹਿੰਦਾ ਭਰ ਜਾਓਗੇ। ਬਸ ਸ਼ਾਂਤ ਸ਼ਾਂਤ। ਲੋ ਜੀ ਲੋ, ਇੱਕ ਹੋਰ ਲਾਈਵ। ਹਾਂਜੀ, ਸਾਨੂੰ ਕਿਹਾ ਜਾਂਦਾ ਤਿੰਨ ਸਵਾਰੀਆਂ ਬਿਠਾਓ, ਵਰਦੀ ਪਾਓ। ਇੱਕ ਗੱਲ ਦੱਸੋ ਮੈਨੂੰ, ਆਪਣਾ ਆਪਣਾ ਚਲਾਨ ਫੜ ਲਓ ਯਾਰ। ਮੈਂ ਸਿਰਫ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਓਲਾ ਉਬਰ ਤੋਂ ਅਸੀਂ ਸਵਾਰੀ ਚੱਕ ਰਹੇ ਹਾਂ, ਓਲਾ ਉਬਰ ਤੋਂ ਹੀ ਆਟੋ ਵਾਲਾ ਸਵਾਰੀ ਚੱਕ ਰਿਹਾ, ਦੋ ਸਵਾਰੀਆਂ ਨਾ ਜੀ, ਕਹਿੰਦੇ ਪਰਮਿਟ ਹੈ ਨੀਗਾ। ਮੈਂ ਇਹ ਪੁੱਛ ਰਿਹਾ ਵੀ ਜਿਹੜੀ ਵਾਈਟ ਪਲੇਟ ਨੰਬਰ ਮੋਟਰਸਾਈਕਲ ਚੱਲ ਰਿਹਾ ਹੈ, ਕੀ ਉਹਨਾਂ ਨੂੰ ਪਰਮਿਟ ਹੈਗਾ? ਕੀ ਉਹਨਾਂ ਨੇ ਵਰਦੀਆਂ ਪਾਈਆਂ ਨੇ? ਸਾਡੇ ਤੋਂ ਪੁੱਛਦੇ ਵਰਦੀ ਕਿੱਥੇ ਆ, ਤੁਸੀਂ ਕਦੇ ਉਹਨਾਂ ਤੋਂ ਪੁੱਛਿਆ ਵਰਦੀ ਕਿੱਥੇ ਤੁਹਾਡੀ, ਜਾਂ ਪੁੱਛਿਆ ਤੁਹਾਡੇ ਕੋਲ ਪਰਮਿਟ ਹੈਗਾ? ਚੰਡੀਗੜ੍ਹ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਹੋ ਰਿਹਾ ਵੀ ਮੋਟਰਸਾਈਕਲ ਬੰਦ ਹੋਣਾ ਚਾਹੀਦਾ, ਬਟ ਚੰਡੀਗੜ੍ਹ ਕਈ ਸਾਲਾਂ ਦੇ ਵਿੱਚ ਇੱਕ ਮੋਟਰਸਾਈਕਲ ਦਾ ਯੈਲੋ ਨੰਬਰ ਹੈਗਾ ਜੀ। ਹਾਂਜੀ, ਇਹ ਵੀ ਬਤਾਓ ਨਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੰਡੀਗੜ੍ਹ ਨੰਬਰ ਹੀ ਨਹੀਂ ਦੇ ਰਿਹਾ। ਮੈਂ ਸਵਾਲ ਕਿਆ ਕਰ ਸਕਦਾ ਜੀ, ਉਹ ਜਵਾਬ ਤੁਹਾਡੇ ਸਾਹਮਣੇ ਹੈਗਾ ਜੀ, ਵੀ ਜਿਹੜੇ ਹਿਸਾਬ ਨਾਲ ਚੰਡੀਗੜ੍ਹ ਦੇ ਵਿੱਚ ਛੇ ਹਜ਼ਾਰ ਆਟੋ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਨੰਬਰ ਰਜਿਸਟਰਡ ਹੈ, ਔਰ 1890 ਆਟੋ ਦੇ ਡਾਕੂਮੈਂਟਸ ਕੰਪਲੀਟ ਨੇ, ਬਾਕੀ ਆਟੋ ਦੇ ਡਾਕੂਮੈਂਟਸ ਕੰਪਲੀਟ ਨਹੀਂ ਹੈ। ਜਦੋਂ ਚੰਡੀਗੜ੍ਹ ਦੀ 6,000 ਦੀ ਕਪੈਸਿਟੀ ਹੈਗੀ ਹੈ, ਤਾਂ ਫਿਰ ਜਿਹੜੇ ਆਟੋ 4,000 ਕੰਡਮ ਹੋ ਗਏ ਨੇ, ਉਹਨਾਂ ਦੇ ਬਦਲੇ ਫਿਰ ਇਹਨਾਂ ਨੂੰ ਪਰਮਿਟ ਦੇ ਦਿਓ। ਜਦੋਂ ਗੱਡੀ ਦੇ ਕਾਗਜ਼ ਹੈ ਹੀ ਨਹੀਂ ਗਾ, ਕੰਡਮ ਹੋ ਗਈ ਹੈ, ਫਿਰ ਬਾਕੀ ਹਰਿਆਣਾ ਪੰਜਾਬ ਦੇ ਹੈਗੇ ਨੇ ਜਿਹੜੇ ਇੱਥੇ ਲੋਕਲ ਵਸੀਂਦੇ ਨੇ। ਮੈਂ ਕਹਿੰਦਾ ਲੋਕਲ ਚੰਡੀਗੜ੍ਹ ਦੇ ਬੰਦਿਆਂ ਕੋਲ, ਸੈਕਟਰਾਂ ਵਾਲੇ ਕੋਲ ਹਰਿਆਣਾ ਪੰਜਾਬ ਨੰਬਰ ਆਟੋ ਹੈ। ਇਹ ਬਹੁਤ ਸਾਡੇ ਲਈ ਮਜਬੂਰੀ ਹੋ ਗਿਆ ਵੀ ਸਾਡੇ, ਜਾਂ ਤਾਂ ਸਾਨੂੰ ਕੋਈ ਜੋਬ ਦੇ ਦਿਓ, ਅਸੀਂ ਆਟੋ ਛੱਡ ਦਿੰਦੇ ਹਾਂ, ਜਾਂ ਸਾਡੀਆਂ ਪੈਨਸ਼ਨਾਂ ਬੰਦ ਦਿਓ। ਪਰ ਜੇ ਦੇਖਿਆ ਜਾਵੇ ਹੁਣ ਤੁਸੀਂ ਅੱਜ ਫਿਰ ਕੀ ਡਿਮਾਂਡ ਲੈ ਕੇ ਬੈਠੇ ਹੋ, ਇਹ ਤੇ ਜਿਹੜਾ ਤੁਸੀਂ ਕਿਹਾ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਹੀਂ ਨੰਬਰ ਦਿੰਦਾ, ਉਹਦਾ ਕਾਰਨ ਕੀ ਹੈ? ਇਹ ਹੁਣ ਉਹੀ ਦੱਸਣਗੇ ਜੀ, ਇਹ ਤਾਂ ਤੁਹਾਨੂੰ ਕੋਈ ਆਬਜੈਕਸ਼ਨ ਤਾਂ ਦਿੰਦੇ ਹੋਣੇ ਨਾ? ਨਹੀਂ ਨਹੀਂ, ਬਸ ਉਹ ਕਹਿੰਦੇ ਚਲਾਨ ਕੱਟੋ ਜੀ, 25,000 ਦਾ ਚਲਾਨ ਕੱਟੋ, 10,000 ਮੈਂ ਤੁਹਾਨੂੰ ਲਾਈਵ ਡੈਮੋ ਦੇ ਚੁੱਕਿਆ ਜੀ, ਚਲਾਨ ਕੱਟਦੇ ਨੇ ਓਵਰਲੋਡ ਦਾ ਵੀ, ਜਾਂ ਨੋ ਪਰਮਿਟ ਦਾ, ਵਰਦੀ ਪਾਈ ਹੁੰਦੀ ਹੈ ਬੰਦਿਆਂ ਨੇ। ਮੈਂ ਉਹੀ ਗੱਲ ਫਿਰ ਕਹਿ ਰਿਹਾ ਵੀ ਚਾਰ ਸਵਾਰੀਆਂ ਨੇ, ਇਹ ਆਟੋ ਨਾ 3 ਪ੍ਰਕਾਰ ਦੇ ਆਟੋ ਹੁੰਦੇ ਨੇ, ਪਹਿਲਾਂ ਛੋਟਾ ਹੁੰਦਾ, ਫਿਰ ਉਸ ਤੋਂ ਵੱਡਾ, ਫਿਰ ਉਸ ਤੋਂ ਵੱਡਾ। ਹੁਣ ਇੱਥੇ ਟ੍ਰੈਫਿਕ ਪੁਲਿਸ ਨੂੰ ਖੁਦ ਨਹੀਂ ਪਤਾ ਹੈਗਾ ਵੀ ਆਟੋ ਕਿੰਨੇ ਪ੍ਰਕਾਰ ਦਾ, ਉਹਨਾਂ ਦੇ ਵਾਸਤੇ ਤਾਂ ਗਧਾ ਘੋੜਾ ਸਾਰਾ ਇੱਕ ਹੀ ਹੈ, ਉਹ ਬਸ ਕਹਿੰਦੇ 3 ਸਵਾਰੀਆਂ। ਹੁਣ ਇਹ ਈ ਰਿਕਸ਼ਾ ਦੀਆਂ ਫੋਟੋਆਂ ਨੇ, ਇਹ ਬਾਹਰ ਦੇ ਆਟੋ ਨੇ, ਮੈਂ ਉਹੀ ਕਹਿ ਰਿਹਾ ਵੀ ਤੁਹਾਨੂੰ ਇੱਥੇ ਬਹੁਤ ਸਾਰੀ ਫੋਟੋਜ਼ ਦਿਖਾਓਗੇ ਜੀ। ਹੈਲੋ ਜੀ, ਆ ਈ ਰਿਕਸ਼ਾ ਕੀ ਹੈ? ਇਹ ਓਵਰਲੋਡ ਨਹੀਂ ਗਾ? ਇਹ CTO ਦੀ ਬੱਸਾਂ ਕੀ ਓਵਰਲੋਡ ਨਹੀਂ? ਸਾਨੂੰ ਇਹ ਕਿਹਾ ਜਾਂਦਾ ਹੈ, ਆ ਭਾਈ ਸਾਹਿਬ ਜੀ ਜਿਹੜਾ ਮਾੜਾ, ਇਹਨੂੰ ਦਿਖਾਓ ਜੀ, ਆ ਠੀਕ ਹੈ ਜੀ, ਇੱਥੇ 8-8 ਸਾਲ ਦੇ, 10-10 ਸਾਲ ਦੇ ਬੱਚੇ ਈ ਰਿਕਸ਼ਾ ਚਲਾ ਰਹੇ ਨੇ, ਕੀ ਇਹ ਸਹੀ ਹੈ ਜੀ? ਹੁਣ ਤੁਸੀਂ ਅਲਟੀਮੇਟ, ਇਹਨੇ ਕੋਈ ਨੀ ਰੁਕਤਾ, ਨਾ ਇਨਕਾ ਪਰਮਿਟ ਮੰਗਦੇ ਹੈ, ਕੋਈ ਨਾ ਲਾਇਸੈਂਸ ਮੰਗਦੇ ਹੈ, ਕੁਛ ਨੀ, ਕੱਛਾ ਬਜਾਰ ਮੇਂ ਚਲਾਤੇ ਹੈ, ਇਨਕਾ ਕੋਈ ਚਲਾਨ ਨਹੀਂ। ਹਮ ਗਰੀਬ ਬੰਦੇ 3 ਸਵਾਰੀ ਬਿਠਾਏਂਗੇ,
ਸਾਡੇ ਦਸ ਦਸ ਬਾਰਾਂ ਹਜ਼ਾਰ ਚਲਾਨ ਹੈ ਜੀ। ਕਾਂ ਚਲਾਏਗਾ ਬੱਚੇ ਕਾਂ ਚ ਬਦਲਣਗੇ? ਦੋ ਸਵਾਰੀ ਸਾਡੇ 10,000 ਚਲਾਨ, ਦੋ ਸਵਾਰੀ ਆਨਲਾਈਨ। ਪਰ ਭਰਨ ਵਾਲਾ ਤਾਂ ਕੰਮ ਖੈਰ ਬਹੁਤ ਔਖਾ, 10-20 ਰੁਪਏ ਦੀ ਸਵਾਰੀ ਜਿਹਨੇ ਚੱਕਣੀ ਹੈ ਉਹ 10,500। ਇਹ ਜਿਹੜਾ ਸਵਾਲ ਹੈ ਪ੍ਰਸ਼ਾਸਨ ਤੋਂ ਪੁੱਛੋ ਵੀ ਜਿਹੜਾ ਬੰਦਾ 10-20 ਰੁਪਏ ਦੀ ਸਵਾਰੀ ਚੱਕ ਰਿਹਾ ਉਹ 20-25,000 ਰੁਪਏ, 10,000 ਰੁਪਏ ਕਿੱਥੋਂ ਲੈ ਕੇ ਆਏਗਾ? ਅਲਟੀਮੇਟਮ ਕੀ ਦੇ ਰਹੇ ਹੋ ਹੁਣ? ਅਲਟੀਮੇਟਮ ਗਵਰਨਰ ਹਾਊਸ ਕਹਿ ਰਹਿੰਦਾ ਹੈਗਾ ਜੀ, ਹਾਲੇ DSP ਸਾਹਿਬ ਆਏ ਨੇ, ਕਹਿੰਦੇ ਥੋੜਾ ਜਿਹਾ ਵੇਟ ਕਰੋ ਕਿਉਂਕਿ ਜਿਹੜੇ ਗਵਰਨਰ ਸਾਹਿਬ ਨੇ ਉਹ ਸ਼ਾਇਦ ਪਠਾਨਕੋਟ 3 ਦਿਨ ਦੇ ਦੌਰੇ ਤੇ ਚਲੇ ਗਏ ਨੇ। ਮੈਨੂੰ ਸਮਝ ਇਹ ਨਹੀਂ ਆ ਰਹੀ ਕਿ ਇੱਕ ਗਵਰਨਰ ਇੱਕ ਰਾਜ ਦਾ ਇੱਕ UT ਦਾ ਮੇਨ ਹੁੰਦਾ, ਉੱਥੋਂ ਤੱਕ ਇਹ ਗੱਲਾਂ ਨਹੀਂ ਪਹੁੰਚ ਰਹੀਆਂ? ਉਹਨਾਂ ਸਾਰਿਆਂ ਨੂੰ ਸਾਡੇ ਆਟੋ ਹੀ ਦਿਖ ਰਿਹਾ ਚਲਾਉਣ ਵਾਸਤੇ, ਵੀ ਇਹ ਓਵਰਲੋਡ ਨਹੀਂ ਦਿਖ ਰਿਹਾ ਤੁਹਾਨੂੰ? ਇੱਥੇ ਚੰਡੀਗੜ੍ਹ ਇੱਕ ਹਿੰਦੁਸਤਾਨ ਦੀ ਉਹ ਸਟੇਟ ਹੈ, ਤੁਸੀਂ ਮੈਨੂੰ ਕੱਲਾ ਨਾਂ ਲੈ ਕੇ ਦੱਸੋ ਵੀ ਮੈਨੂੰ ਇਸ ਸਟੇਟ ਦਾ ਬਾਈਕ ਦਾ ਨੰਬਰ ਦਿਖਾਓ, ਮੈਂ ਹੁਣੇ ਤੁਹਾਨੂੰ ਇੱਥੇ ਦਿਖਾਵਾਂਗਾ, ਦੋ ਕਦਮ ਵੀ ਨਹੀਂ ਪੱਟਾਂਗਾ, ਮੈਂ ਹੁਣੇ ਦਿਖਾਉਂਦਾ ਤੁਹਾਨੂੰ। ਔਰ ਉਹ ਬਾਈਕਾਂ ਇੱਥੇ ਚੱਲ ਰਹੀਆਂ ਨੇ, ਉੱਤਰਾਖੰਡ, ਤਮਿਲਨਾਡੂ, ਹਿਮਾਚਲ ਹੋ ਗਿਆ, ਬੰਗਾਲ ਹੋ ਗਿਆ, ਤੁਸੀਂ ਸਿਰਫ ਨਾਮ ਲਿਓ ਵੀ ਮੈਨੂੰ ਇੱਥੋਂ ਦੀ ਬਾਈਕ ਦਾ ਨੰਬਰ ਹੁਣੇ ਦਿਖਾਓ, ਮੈਂ ਹੁਣੇ ਦਿਖਾਉਂਦਾ ਤੁਹਾਨੂੰ। ਬਾਈਕਾਂ ਨੂੰ ਕਮਰਸ਼ੀਅਲ ਕਾਹਤੋਂ ਕਰਤਾ ਕਿ ਉਹ ਸਵਾਰੀਆਂ ਚੱਕਣ? ਸਾਨੂੰ ਕਹਿੰਦੇ ਵਰਦੀ ਕਿੱਥੇ ਹੈ, ਉਹਨਾਂ ਦੀ ਵਰਦੀ ਕਿਉਂ ਨਹੀਂ ਪੁੱਛਦੇ? ਫਿਰ ਜੇ ਦੇਖੀਏ ਤਾਂ ਹਾਲਾਂਕਿ ਹੁਣ ਉਧਰ ਕੈਬਾਂ ਵਾਲੇ ਵੀ ਖੜੇ ਨੇਗੇ, ਖੈਰ ਕੋਈ ਜੇ ਦੇਖੀਏ ਚੰਡੀਗੜ੍ਹ ਚ ਕਹਿੰਦੇ 10,500 ਦੇ ਚਲਾਨਾਂ ਦਾ ਜਿਵੇਂ ਦਿਖਾਉਂਦੇ ਨੇ ਲਾਈਵ ਡੈਮੋ, ਤਾਂ ਉਹਦੇ ਚ ਸਾਫ਼ ਤੌਰ ਤੇ ਵੀ ਆਮ ਜਿਹੜਾ ਬੰਦਾ 10-20 ਰੁਪਏ ਦੀ ਸਵਾਰੀ ਚੱਕਦਾ ਉਹ ਕਹਿੰਦੇ 10,500 ਦਾ ਭਰੂਗਾ ਕਿੱਥੋਂ? ਖੈਰ ਰੂਲ ਰੈਗੂਲੇਸ਼ਨ ਤਾਂ ਸਾਰਿਆਂ ਵਾਸਤੇ ਇੱਕ ਆ, ਪਰ ਰੂਲ ਰੈਗੂਲੇਸ਼ਨ ਦੇ ਨਾਲ ਨਾਲ ਗੱਲ ਇਹ ਹੈ, ਕਹਿੰਦੇ ਕਿ ਬਾਕੀਆਂ ਤੇ ਲਾਗੂ ਕਿਉਂ ਨਹੀਂ ਹੁੰਦੀ, ਸਾਡੇ ਤੇ ਤਾਂ ਲਾਗੂ ਹੋ ਜੇ ਜਿਵੇਂ ਆਟੋ ਵਾਲਿਆਂ ਦਾ ਹੈਗਾ, ਤੇ ਹੁਣ ਕੈਬ ਵਾਲਿਆਂ ਦਾ ਵੀ ਕਿ ਉਹੀ ਮਸਲਾ ਚੱਲੇ ਜੀ? ਉਹੀ ਮੁੱਦਾ ਉਵੇਂ ਦੇ ਉਵੇਂ ਖੜਾ। 4 ਤਰੀਕ ਜਿਹੜੇ ਪ੍ਰੋਟੈਸਟ ਕੀਤਾ ਸੀ, ਸਾਡਾ ਮਿਨੀਮਮ ਰੇਟ ਤੈਅ ਨਹੀਂ ਹੋਇਆ, ਹੁਣੇ ਐਸਟੇਟ ਡਿਪਾਰਟਮੈਂਟ ਤੋਂ ਫੋਨ ਆਇਆ ਕਿ ਜੀ ਦੇਖੋ ਜਿਹੜੀ ਸਾਡੀ ਗੱਲ ਹੋਈ ਸੀ ਨਾ ਜੀ, ਪਹਿਲਾਂ ਤਾਂ ਰੇਟ ਦਾ ਸਾਡਾ ਮੁੱਦਾ ਸੀਗਾ, ਦੂਜਾ ਸਾਡਾ ਬਾਈਕ ਟੈਕਸੀ ਦਾ ਮੁੱਦਾ ਸੀਗਾ, ਆਹ ਤਮਿਲਨਾਡੂ ਦੀ ਬਾਈਕ ਤੇ HR ਨੰਬਰ ਦੀ ਬਾਈਕ, ਆਹ ਦੇਖੋ TN ਨੰਬਰ ਚੱਲ ਰਹੀ ਹੈ, ਇਹ ਪ੍ਰਾਈਵੇਟ ਚੱਲ ਰਹੀਆਂ, ਵਾਈਟ ਪਲੇਟ ਹੈ ਜੀ, ਇਹਨਾਂ ਨੂੰ ਕਿਸ ਤਰੀਕੇ ਨਾਲ ਲਾਇਸੈਂਸ ਦਿੱਤਾ ਹੈ? ਜਦੋਂ 2000 ਇਹਨਾਂ ਨੂੰ 23 ਦੇ ਵਿੱਚ ਲਾਇਸੈਂਸ ਦਿੱਤਾ ਨਾ ਜੀ, ਮੈਂ 5 ਦਿਨ ਪਹਿਲਾਂ ਪ੍ਰੋਟੈਸਟ ਕੀਤਾ ਸੀਗਾ, ਮੈਨੂੰ ਥੋੜਾ ਗਿਆਨ ਹੋ ਗਿਆ ਸੀਗਾ ਕਿ ਵੀ ਇਹ ਲਾਇਸੈਂਸ ਦੇਣ ਜਾ ਰਹੇ ਹੈ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਵਾਈਟ ਪਲੇਟ ਦੇ ਉੱਤੇ ਲਾਇਸੈਂਸ ਨਾ ਦਿਓ, ਚਿੱਟੀ ਪਲੇਟ ਕਰਾਓ, ਔਰ ਜਿਹੜੀ ਪਾਲਿਸੀ ਬਣੀ ਹੈ ਐਗਰੀਗੇਟਰ ਪਾਲਿਸੀ, ਐਗਰੀਗੇਟਰ ਪਾਲਿਸੀ ਅਲੱਗ ਹੈ, ਬਾਈਕ ਟੈਕਸੀ ਦੀ ਪਾਲਿਸੀ ਅਲੱਗ ਹੈ, ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ, ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਨੇ, ਉਹ ਬੈਨ ਹੋ ਗਈ ਜੀ ਉੱਥੇ, 25,000 ਦੇ ਚਲਾਨ ਹੋ ਰਹੇ ਅੱਜ ਵੀ, ਸਵੇਰੇ ਕੱਲ੍ਹ ਵੀ ਹੋਇਆ, ਪਰਸੋਂ ਵੀ ਬਾਈਕਾਂ ਦਾ, ਸੁਪਰੀਮ ਕੋਰਟ 'ਚੋਂ ਬੈਨ ਹੋ ਚੁੱਕੀ ਹੈ, ਉੱਥੇ ਬਾਈਕ ਟੈਕਸੀ ਅਲਾਊਡ ਹੀ ਨਹੀਂ ਹੈ, ਉੱਥੇ ਸਿਰਫ ਤੁਸੀਂ ਸਵੀਗੀ ਜਿਵੀ ਜੋਮੈਟੋ 'ਤੇ ਕੰਮ ਕਰ ਸਕਦੇ ਹੋ, ਉਹ ਵੀ ਪੀਲੀ ਪਲੇਟ ਲਵਾ ਕੇ, ਸਵਾਰੀ ਨਹੀਂ ਚੱਕ ਸਕਦੇ ਐਪ ਤੋਂ, ਕਿਉਂਕਿ ਉਹ ਪਬਲਿਕ ਸੇਫ ਨਹੀਂ ਹੈ, ਉਹਨਾਂ ਨੇ ਇਸ ਕਰਕੇ ਉਹਨੂੰ ਬੈਨ ਕਰਤਾ ਹੈ। ਅਤੇ ਪ੍ਰਸ਼ਾਸਨ ਇੱਥੇ ਉਹਨਾਂ ਨੇ ਆਪਦੀ ਪਾਲਿਸੀ ਲਾਗੂ ਕੀਤੀ ਸੀ ਈ ਬਾਈਕ ਦੀ, ਈ ਬਾਈਕ 'ਤੇ ਉਹਨਾਂ ਨੇ ਪੈਟਰੋਲ ਦੀ ਕਰਤੀ, ਪੈਟਰੋਲ ਦੀ ਕੀਤੀ, ਉਹਦੇ 'ਚ ਲਿਖਿਆ 7 ਸਾਲ ਪੁਰਾਣਾ ਹੋਣਾ ਚਾਹੀਦਾ। ਸਭ ਤੋਂ ਮੇਨ ਗੱਲ ਉਹ 'ਚ ਲਿਖੀ ਹੈ ਵੀ ਉਹ ਚੰਡੀਗੜ੍ਹ ਦਾ ਬਾਈਕ ਹੋਣਾ ਚਾਹੀਦਾ, ਚਾਹੇ ਉਹ ਨਵੀਂ ਬਾਈਕ ਨਿਕਲੇ, ਚਾਹੇ ਉਹ ਚੰਡੀਗੜ੍ਹ ਦੀ ਪੁਰਾਣੀ ਬਾਈਕ ਹੈ ਜਿਸ 'ਚ 7 ਸਾਲ ਪੁਰਾਣੀ ਹੋਵੇ। ਇੱਥੇ RJ, UP, AP, ਮਹਾਰਾਸ਼ਟਰ, MP ਸਾਰੀਆਂ ਚੱਲੀ ਜਾਂਦੀਆਂ, ਔਰ ਉਹ ਐਗਰੀਗੇਟਰ ਲਾਇਸੈਂਸ ਦੇ ਅਧੀਨ ਦਿੱਤਾ ਜਾ ਰਿਹਾ। ਜਿਹੜਾ ਐਗਰੀਗੇਟਰ ਲਾਇਸੈਂਸ ਜਿਹੜਾ ਨਵਾਂ ਲਾਇਸੈਂਸ ਲਿਆ ਇਹਨਾਂ ਨੇ, ਉਹ ਓਲਾ 'ਚ ਵੀ ਚੱਲ ਰਹੀ ਹੈ, ਉਬਰ 'ਚ ਵੀ ਚੱਲ ਰਹੀ ਹੈ, ਰੈਪਿਡ 'ਚ ਵੀ ਚੱਲ ਰਹੀ ਹੈ, ਉਹਦੇ 'ਚ ਵੀ ਚੱਲ ਰਹੀ ਹੈ। ਰੈਪਿਡ ਉਹਨੇ ਅਖਬਾਰ 'ਚ ਖਬਰ ਲਵਾਈ ਜਦੋਂ ਲਾਇਸੈਂਸ ਮਿਲਿਆ ਜੀ, 30,000 ਬੰਦੇ ਨੂੰ ਅਸੀਂ ਰੋਜ਼ਗਾਰ ਦੇ ਰਹੇ ਹਾਂ ਬਾਈਕ ਟੈਕਸੀ ਦੇ ਸਾਹਮਣੇ, ਅਤੇ ਅਸੀਂ ਦੇਸ਼ ਦੀ ਸੇਵਾ ਕਰ ਰਹੇ ਹਾਂ। ਹੁਣ ਪਿਛਲੇ 2 ਹਫ਼ਤੇ ਪਹਿਲਾਂ, 4 ਤਰੀਕ ਤੋਂ ਪਹਿਲਾਂ ਉਹਨਾਂ ਦੇ ਪ੍ਰਧਾਨ ਨੇ STA ਸਾਹਿਬ ਦੇ ਰਵਿੰਦਰ ਸੈਣੀ ਜੀ ਨਾਲ ਮੂੰਹ ਮਿੱਠਾ ਕਰਾਉਂਦੇ ਹੋਏ ਕਿਹਾ ਕਿ ਚੰਡੀਗੜ੍ਹ 'ਚ ਪਹਿਲੀ ਪਲੇਟ, ਪੀਲੀ ਪਲੇਟ ਬਾਈਕ ਦੀ ਅਸੀਂ ਲਵਾਤੀ ਹੈ। 29,999 ਇਲੀਗਲ ਚੱਲ ਰਹੀਆਂ ਸੀ, ਇਹਦਾ ਮਤਲਬ ਉਹ ਵਾਈਟ ਪਲੇਟ ਸੀਗੀਆਂ, ਕਿਉਂਕਿ ਮੈਂ ਇਸ ਕਰਕੇ ਇਲੀਗਲ ਕਹਿ ਰਿਹਾ ਕਿ ਭਾਰਤੀ ਜਿਹੜਾ ਸੰਵਿਧਾਨ ਹੈ ਜਾਂ ਕਾਨੂੰਨ ਹੈ, ਮੋਟਰ ਵਹੀਕਲ ਐਕਟ 1988 ਦੇ ਵਿੱਚ ਲਿਖਿਆ ਕਿ ਨਿੱਜੀ ਵਾਹਨ ਨੂੰ ਤੁਸੀਂ ਕਮਰਸ਼ੀਅਲ ਯੂਜ਼ ਨਹੀਂ ਕਰ ਸਕਦੇ। ਉਹੀ ਪੰਜਾਬ ਸਰਕਾਰ ਨੇ ਮੈਨੂੰ ਲਿਖਤੀ, ਸਟੇਟ ਟਰਾਂਸਪੋਰਟ ਕਮਿਸ਼ਨ ਨੇ ਲਿਖਤੀ ਚੁੱਪ ਦਿੱਤਾ ਹੈ ਕਿ ਜੇ ਕਮਰਸ਼ੀਅਲ 2-ਵੀਲਰ ਜਿਹਦੀ ਤੇ ਪੀਲੀ ਪਲੇਟ ਲੱਗ ਵੀ ਗਈ, ਚਾਹੇ ਉਹ PB 65 ਹੈ, PB 3 ਹੈ, ਕੋਈ ਵੀ ਹੈ, ਜੇ ਉਹ ਪੰਜਾਬ 'ਚ ਮੁਹਾਲੀ ਖਰੜ ਚੱਲੂਗੀ, ਮੁਹਾਲੀ ਦੇ ਪ੍ਰਸ਼ਾਸਨ ਨੂੰ ਲਿਖਤੀ ਰੂਪ 'ਚ ਸਟੇਟ ਟਰਾਂਸਪੋਰਟ ਕਮਿਸ਼ਨ ਨੇ ਕਾਰਵਾਈ ਲਈ ਲਿਖਿਆ ਕਿ ਅਮਨਦੀਪ ਦੀ ਇਹ ਕੰਪਲੇਂਟ ਦੇ ਉੱਤੇ ਜਿਹੜੀ 2-ਵੀਲਰ ਕਮਰਸ਼ੀਅਲ ਹੈ ਉਹ ਰੈਪਿਡੋ, ਇਨ ਡਰਾਈਵਰ, ਓਲਾ, ਬਲਾ ਤੇ ਜਿਹਤੇ ਵੀ ਚੱਲ ਰਹੀ ਹੈ, ਉੱਥੇ ਕਾਰਵਾਈ ਕੀਤੀ ਜਾਵੇ, ਕਿਉਂਕਿ ਕਮਰਸ਼ੀਅਲ ਪਲੇਟ 'ਤੇ ਵੀ ਸਵਾਰੀ ਨਹੀਂ ਚੱਕ ਸਕਦੇ ਤੁਸੀਂ ਐਪ ਤੋਂ।
ਸਵੀਗੀ ਜੋਮੈਟੋ ਐਮਾਜ਼ੋਨ ਦਾ ਕੰਮ ਕਰ ਸਕਦੇ ਆ, ਉਹ ਸਵੀਗੀ ਜੋਮੈਟੋ ਦਾ ਕੰਮ ਵੀ ਕਰ ਰਹੇ ਆ ਜੀ, ਉਹ ਸਵੇਰੇ 6 ਤੋਂ 10 ਜਦੋਂ ਸਾਡਾ ਕੰਮ ਹੁੰਦਾ ਉਦੋਂ ਸਵਾਰੀਆਂ ਵੀ ਢੋਰੇ ਆ, ਉਹ ਬਾਅਦ ਚ ਜੋਬ ਵੀ ਕਰ ਰਹੇ ਆ, ਉਹਨਾਂ ਕੋਲ 8-8 ਕੰਮ ਹੈ, ਸਾਡੇ ਕੋਲ ਇੱਕੋ ਹੀ ਕੰਮ ਹੈ, ਉਹ ਵੀ ਇਹ ਧੋਈ ਜਾ ਰਹੇ ਨੇ। ਅੱਜ ਸਾਡਾ ਮੇਨ ਮੁੱਦਾ ਹੈਗਾ ਰੇਟ ਦਾ ਜੀ, ਸਾਨੂੰ ਤਾਂ ਡਰਾਫਟ ਨਹੀਂ, ਸਾਨੂੰ ਨੋਟੀਫਿਕੇਸ਼ਨ ਚਾਹੀਦਾ। ਪ੍ਰਸ਼ਾਸਨ ਕਹਿ ਰਿਹਾ ਅਸੀਂ ਤੁਹਾਨੂੰ ਹੁਣੇ ਚੜਾਤਾ, ਹੁਣ ਫੋਨ ਆ ਰਿਹਾ ਕਿ ਅਸੀਂ ਚੜਾਤਾ, ਰਿਕੁਐਸਟ ਆ ਤੁਸੀਂ ਇਸ ਮੁੱਦੇ ਦੀ ਗੱਲ ਨਾ ਕਰੋ, ਕਿਉਂ ਨਾ ਕਰੀਏ ਅਸੀਂ ਵਾਰ ਵਾਰ ਇੱਥੇ ਆ ਕੇ, ਕਿਉਂ ਹਣੇ 4 ਤਰੀਕ ਨੂੰ ਹੀ ਕਰ ਦਿੰਦੇ ਤੁਸੀਂ, ਤੁਸੀਂ ਸ਼ੁੱਕਰਵਾਰ ਦਾ ਟਾਈਮ ਦਿੱਤਾ, ਅਸੀਂ 2 ਸ਼ੁੱਕਰਵਾਰ ਫਿਰ ਟਪਾਤੇ। ਬਾਈਕ ਟੈਕਸੀ ਦੇ ਅੱਜ ਤਾਈਂ ਕਿਸੇ, ਅਸੀਂ ਉਹਨਾਂ ਨੂੰ ਲਗਾ ਕੇ ਰਿਕੁਐਸਟ ਕੀਤੀ ਸੀ, ਮੈਂ ਦਿੱਲੀ ਸਰਕਾਰ ਦਾ ਜਿਹੜਾ ਨੋਟਿਸ ਉਹਨਾਂ ਨੇ ਅਖਬਾਰਾਂ 'ਚ ਦਿੱਤਾ ਵੀ ਜੇ ਤੁਸੀਂ ਫੜੇ ਜਾਓਗੇ, ਬਾਈਕ ਫੜੀ ਜਾਊਗੀ, ਬਾਈਕ 'ਤੇ 5,000 ਦਾ ਜੁਰਮਾਨਾ ਅਤੇ ਉਹਦਾ ਲਾਇਸੈਂਸ 3 ਮਹੀਨੇ ਦੀ ਸਸਪੈਂਡ, ਇਹ ਉਹਨਾਂ ਨੇ ਲਿਖਤੀ ਰੂਪ 'ਚ ਨੋਟੀਫਿਕੇਸ਼ਨ 'ਚ ਦਿੱਤਾ। ਦੂਜੀ ਗੱਲ ਇਹ ਹੈ ਕਿ 1,00,000 ਰੁਪਏ ਦਾ ਜੁਰਮਾਨਾ ਨੋਟਿਸ ਸਾਰੀਆਂ ਕੰਪਨੀ ਨੂੰ ਭੇਜਣਗੇ ਵੀ ਤੁਸੀਂ ਇਲੀਗਲ ਬਾਈਕ ਕਿਉਂ ਚਲਾ ਰਹੇ ਹੋ। ਕੁਛ ਵੀ ਨਹੀਂ ਹੋਇਆ ਜੀ ਅੱਜ ਤਾਈਂ, ਫਿਰ ਸਾਨੂੰ ਗੱਲਾਂ ਕਰਦੇ ਨੇ, ਹੁਣ ਅੱਜ ਜਦੋਂ ਕਾਰਵਾਈ ਕਰ ਰਹੇ ਹਾਂ ਹੁਣ ਹੱਥ ਪੈਰ ਜੋੜ ਰਹੇ ਆ। ਦੋਨੇ ਪਾਸੇ ਲੋਕ ਪਰੇਸ਼ਾਨ ਇਸ ਪਾਸੇ ਦਿਖਾਈ ਦਿੰਦੇ ਨੇ, ਕਹਿੰਦੇ ਕਿ ਸਿਸਟਮ ਹੈ ਜਿਹੜਾ ਕਿਤੇ ਨਾ ਕਿਤੇ ਉਹ ਕਲੈਪਸ ਹੋ ਗਿਆ। ਹੁਣ ਗੱਲ ਇਹ ਹੈ ਵੀ ਕੰਮ ਕਿਤੇ ਨੂੰ ਲੈ ਕੇ ਤਾਂ ਖੈਰ ਅਸੀਂ ਬਾਈਕ ਵਾਲੇ ਨੂੰ ਵੀ ਨਹੀਂ ਕਹਾਂਗੇ ਕਿਉਂਕਿ ਕੰਮ ਕੀਤਾ ਉਹਨਾਂ ਦਾ ਵੀ ਹੈ, ਪਰ ਉਹ ਕਹਿੰਦੇ ਕਿ ਸਿਸਟਮ ਦੇ ਨਾਲ ਤੇ ਜਿਹੜਾ ਪਾਲਿਸੀ ਬਣੀਆਂ ਨੇ ਉਹਦੇ ਅਕੋਰਡਿੰਗ ਕਿਉਂ ਨਹੀਂ ਹੁੰਦਾ। ਵੱਡੇ ਤੌਰ ਤੇ ਅੱਜ ਪ੍ਰੋਟੈਸਟ ਜਿਵੇਂ ਦੇਖਣ ਨੂੰ ਮਿਲਿਆ, ਚਾਹੇ ਇੱਕ ਪਾਸੇ ਆਟੋ ਵਾਲੇ ਬੈਠੇ ਨੇ, ਇੰਨੇ ਇੰਨੇ ਚਲਾਨ, ਇੰਨੇ ਇੰਨਾ ਦੂਜੇ ਪਾਸੇ ਰੋਜ਼ਗਾਰ ਹੈ ਜਿਹੜਾ ਇਫੈਕਟ ਹੋਣਾ, ਇੱਕ ਚੰਗੀ ਮੀਟਿੰਗ ਦੇ ਨਾਲ ਨਾਲ ਇੱਕ ਚੰਗਾ ਡਿਸੀਜਨ ਮੰਗਦਾ ਸ਼ਾਇਦ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਨਾਲ, ਤਾਂ ਕਿ ਇਹ ਲੋਕ ਵੀ ਕੰਮ ਕਰ ਸਕਣ, ਉਹ ਵੀ ਕਰਨ, ਇਹ ਵੀ ਕਰਨ, ਅਤੇ ਲੋਕਾਂ ਨੂੰ ਦਿੱਕਤਾਂ ਨੇ ਜਿਹੜੀਆਂ ਉਹ ਘੱਟ ਤੋਂ ਘੱਟ ਆਉਣ। ਸੀਨੀਅਰ ਵੀਡੀਓ ਮਿਤੇਜ ਦਿਨਾਂ ਸਮੀਤ ਸਿੰਘ, ਰੋਜ਼ਾਨਾ ਸੁਖਸਾਂ ਟੀਵੀ, ਚੰਡੀਗੜ੍ਹ।